ਅਸਲਾਮ ਵਾਲੇਕੁਮ ਜੀ, ਆਪਦੇ ਐਗਰੀਕਲਚਰ ਦੇ ਅੰਦਰ ਦੋਸਤਾਂ ਨੂੰ ਖੁਸ਼ਾਮਦੀਦ ਕਹਿੰਦੇ ਜੀ। ਮੀਆਂ ਚੰਨੂ ਗੱਲਾਂ ਮੰਡੀ ਤੋਂ ਦੋ ਪਤਾ ਗੱਟੂ ਕਿਧਰ ਨੇ ਤੇ ਮੰਡੀ ਦੇ ਅੰਦਰ ਗੰਦਮ ਚੰਨੂ ਵੀ ਆ ਰਹੀ ਆ, ਸਾਰੀ ਸੂਰਤ ਹਾਲ ਜਿਹੜੀ ਅੱਜ ਪੁੱਛਦੇ ਆ ਕੀ ਰੇਟ ਚੱਲ ਰਿਹਾ ਵਾ। ਅੱਜ ਸੁਣਿਆ ਕਿ ਮਾਰ ਦੋ ਕਤਰਾ ਗੱਟੂ ਨੇ। ਅਸਲਾਮ ਵਾਲੇਕੁਮ ਮਾਰ ਸਾਹਿਬ। ਵਾਲੇਕੁਮ ਸਲਾਮ ਜੀ। ਮਾਰ ਸਾਹਿਬ ਕੀ ਹਾਲ ਚਾਲ ਆ? ਸ਼ੁਕਰ ਅਲਹਮਦੁਲਿਲਾ, ਅੱਲਾ ਦੇ ਸਾਨ ਜੀ। ਮਾਰ ਸਾਹਿਬ ਆਪਣੀ ਮੰਡੀ ਕਿਹੜੀ ਹੈ ਜੀ? ਇਹ ਗੱਲਾ ਮੰਡੀ ਮੀਆਂ ਚੰਨੂ, ਤਹਿਸੀਲ ਮੀਆਂ ਚੰਨੂ ਜੀ। ਅੱਛਾ ਮਾਰ ਸਾਹਿਬ, ਗੰਦਮ ਦੀ ਕੀ ਸੂਰਤ ਹਾਲ ਹੈ ਜੀ? ਗੰਦਮ ਮਾਸ਼ਾਅੱਲਾ ਅੱਛਾ ਰੇਟ ਜਾ ਰਿਹਾ, 2600 ਤੇ ਕਰੇ ਦਾ ਰੇਟ ਬਣ ਗਿਆ ਜੀ। ਫਿਰ ਬਿਹਤਰੀ ਆ ਰਹੀ? ਹਾਂ ਬਿਹਤਰੀ ਆ ਰਹੀ, ਅੱਛਾ ਰੇਟ। ਉਹਦੀ ਕੁਆਲਿਟੀ ਕਿਸ ਤਰ੍ਹਾਂ ਦੀ? ਕੁਆਲਿਟੀ ਅੱਛੀ, ਲਾਲ ਕਿਸਮ ਦੀ ਲੱਗੀ ਹੋਈ ਨੇ ਸੀ, ਬਿਲਕੁਲ ਪਿਓਰ ਸਾਫ ਕਣਕ ਜੀ, 2600 ਨੂੰ ਕਾਲਾ ਸਫਰ ਕੀਤੀ। ਤੇ ਅੱਗੇ ਇਹਦੇ ਕੋਈ ਉੱਪਰ ਜਾਣ ਦੀ ਉਮੀਦ ਤਾਂ ਹੈ? ਅੱਲਾ ਦੇ ਹੁਕਮ ਨਾਲ ਚੜੇਗੀ ਜੀ। ਸਹੀ, ਯਾਨੀ ਕਿ ਉੱਪਰ ਜਾਏਗੀ? ਹਾਂਜੀ, ਲੇਕਿਨ ਤਕਦੀਰ ਤਾਂ ਨਹੀਂ ਪਤਾ, ਅਸਲ ਸੱਚ ਬੋਲ ਕੇ ਝੂਠ ਚ ਆ ਜਾਂਦੀ ਗੱਲ ਜੀ। ਸਹੀ ਹੋ ਗਿਆ, ਅੱਗੇ 3100 ਨੂੰ ਟੱਚ ਕੀਤਾ, ਫਿਰ ਨੀਚੇ ਆ ਗਏ, ਹੁਣ ਫਿਰ 2600 ਨੂੰ ਪਹੁੰਚ ਗਈ। ਤੇ ਹੁਣ ਜਿਨ੍ਹਾਂ ਦੇ ਕੋਲੇ ਪਈ ਵੇਚਣੀ ਚਾਹੀਦੀ ਕਿ ਰੱਖਣੀ ਚਾਹੀਦੀ? ਜਿਹਨੂੰ ਜ਼ਰੂਰਤ ਹੈ ਉਹ ਤਾਂ ਵੇਚਣ ਨਹੀਂ ਤਾਂ ਰੱਖ ਲੈਣੀ ਚਾਹੀਦੀ, ਉਹਦੀ ਕੇਅਰ ਕਰਨ, ਉਹਨੂੰ ਗੋਲੀ ਛੋਲੀਆਂ ਪਾਵੇਂ ਸਪਰੇਸ ਪੂਰੂ ਕਰਨ। ਤੇ ਚਾਚੇ ਨਾਜ਼ਮ ਹੋਣਾ ਨੇ ਕੋਈ ਰੱਖੀ? ਹਾਂ, ਚਾਚੇ ਨਾਜ਼ੀ ਨੇ ਬੜੀ ਕਣਕ ਰੇ 1000 ਮਣ ਰੱਖਿਆ, ਇਸ ਤੇ ਮੈਂ ਦੋਵਾਂ ਨੇ ਇਕੱਠ। ਅੱਛਾ, ਹਾਂਜੀ। ਤੇ ਇਹਨਾਂ ਨੂੰ ਸਪਰੇਵਾਂ ਕੀਤੀ ਜਾਂਦੇ ਆ, ਸਾ ਗੋਲੀਆਂ ਪਾਈ ਜਾਂਦੇ ਆ, ਰੱਖੀ ਜਾਂਦੇ ਆ, 11ਵੇਂ ਮਹੀਨੇ ਵੇਚਾਂਗੇ ਇਨਸ਼ਾਅੱਲਾ। ਬਾਬਾ ਜਦੋਂ ਰੇਟ 5000 ਹੋ ਗਿਆ? 5000 ਨੂੰ ਵੇਚਾਂਗੇ, ਘੱਟ ਨਹੀਂ ਵੇਚਣੀ। ਅੱਛਾ, ਨਾ 5000 ਹੋਵੇ ਤੇ ਨਾ ਰੇਟ? ਅਸਲ ਲੋਕਾਂ ਨੂੰ 20 ਦੇਵਾਂਗੇ, 20 ਬਣਾ ਕੇ ਗ੍ਰੈਂਡ ਕਰਕੇ ਸਾਫ ਕਰਕੇ ਵੇਚਾਂਗੇ, ਸਾਲ ਦੇ ਵਾਅਦੇ ਤੇ ਵੇਚਣੀ ਪਈ, 5000 ਤੋਂ ਕਣਕ ਘੱਟ ਨਹੀਂ ਵੇਚਣੀ। ਤੁਸੀਂ ਜ਼ਿਮੀਦਾਰਾਂ ਦੇ ਕੋਲੋਂ ਹੁਣ 2400 ਲੈ ਕੇ ਤੇ 5000 ਨੂੰ ਵੇਚੋਗੇ? ਉਹ ਤਾਂ ਫਿਰ ਮਜਬੂਰੀ, ਸਾਡੀ ਮੁਨਾਫਾ ਹੀ ਤਾਂ ਕਮਾਉਣਾ, ਸੰਭਾਲਣਾ ਵੀ ਤਾਂ ਹੈ ਨਾ। ਹਾਂਜੀ, ਸਹੀ ਹੋ ਗਿਆ। ਤੇ ਮਾਰ ਸਾਹਿਬ, ਜਿਨ੍ਹਾਂ ਦੋਸਤਾਂ ਦੇ ਕੋਲੇ ਪਈ ਆ ਉਹ ਲੈਣ ਜਾਂ? ਹਾਂਜੀ, ਲਿਆਉਣਾ ਚਾਹੀਦਾ, ਜਿਹਨੂੰ ਵੇਚਣੀ ਚਾਹੀਦੀ ਕਣਕ, ਵੈਸੇ ਫਸਲ ਕੋਈ ਰੱਖਣੀ ਨਹੀਂ ਚਾਹੀਦੀ। 30 35 40 ਰੁਪਏ ਤੇ ਹੈ ਰੇਟ ਕਣਕ ਦਾ। ਕੱਲ ਆਪਣੀ ਉਹ ਡੇਰੀ 2600 ਨੂੰ ਵਿਕੀ ਹੈ, 2600 ਨੂੰ ਵਿਕੀ ਹੈ, 2500 2600 ਨੂੰ ਕਣਕ ਦਾ ਰੇਟ ਠੀਕ ਹੈ। ਹਾਂਜੀ, ਸਹੀ ਰੇਟ ਆ। ਜੇ ਲੈ ਕੇ ਆਉਣ ਜ਼ਿਮੀਦਾਰਾਂ ਨੇ ਤੇ ਗਾਲ ਦਿੱਤੀ ਹੈ ਫੜ ਕੇ ਘਰ ਦੇ ਵਿੱਚ, ਉਹ ਕਹਿੰਦੇ ਨੇ ਹੁਣ ਅਸੀਂ 3000 ਨੂੰ ਵੇਚੀ ਹੈ, 3200 ਨੂੰ ਵੇਚੀ ਹੈ, ਕੌਣ ਹੁਣ ਆ ਰੇਟ ਨਹੀਂ ਬਣਨ ਦੇ, 2800 ਨੂੰ 3000 ਨੂੰ ਕੁਮਾ ਗਿਆ ਜੀ। ਬਿੱਲਾਂ ਨੇ ਸਾਨੂੰ ਮਾਰ ਤਾਂ ਦੇ ਦਿੱਤਾ, ਹੁਣ ਰੋਟੀ ਖਾਈਏ ਕਿ ਬਿੱਲ ਦਾ ਜੀ? ਕਿੰਨਾ ਬਿੱਲ ਆਇਆ ਜੀ ਇਸ ਵਾਰ? ਅੱਜ ਵੀ ਤੇ 13000 ਦੀ ਆ। ਏਸੀ ਆਏ ਨਹੀਂ, ਗਰੀਬ ਮਜ਼ਦੂਰ ਹੈ ਬਾਬਾ ਨਾ ਜੀ, ਤੇ ਗਰੀਬ ਮਜ਼ਦੂਰੀ ਕਰਦਾ ਗੱਲ ਮੈਂ ਬਿੱਲ ਦਾ ਜੀ ਵੀਰਾ ਜੀ। ਹਾਂਜੀ, ਇਹ ਤਾਂ ਹੈ। ਹਾਂਜੀ, ਬਹੁਤ ਸ਼ੁਕਰੀਆ। ਵੀ ਨਹੀਂ ਖਾਦੀ ਜਾਣ ਦੀ, ਕੱਲ ਇੱਕ ਸਾਲ ਖੁਸ਼ਹਾਲ ਹੋਵੇ, ਸਾਰੇ ਖੁਸ਼ਹਾਲ ਹੋਵੇ, ਸਾਡਾ ਕੋਈ ਖੁਸ਼ਹਾਲ ਹੈ ਕਿ? ਇਹ ਤਾਂ ਕੁਦਰਤੀ ਆਫਤ ਹੈ, ਸਾਡੇ ਮੁਸਲਮਾਨਾਂ ਤੇ ਕੁਦਰਤੀ ਆਫਤ ਹੈ ਵੀ ਸਾਡੀ ਕਪਾਹ ਦੀ ਫਸਲ ਵੀ ਡੈਮੇਜ ਹੋ ਗਈ, ਤਿਲਾਂ ਦੀ ਫਸਲ ਵੀ ਖੁਦਾ ਵੱਲੋਂ ਡੈਮੇਜ ਹੋ ਗਈ। ਇੱਕ ਮਾਨਵੀ ਕਿੱਲੇ ਦਾ ਉਤਰਿਆ, ਮੇਰੇ ਗਾਉਂ ਦੇ ਵਿੱਚ ਬੰਦੇ ਨੇ 2 ਕਿੱਲੇ ਕਟਾਈ ਕੀਤੀ, ਉਹ 2 ਕਿੱਲੇ ਚ 2 ਕਿੱਲੇ ਨਿਕਲੇ, 2 ਮਣ ਨਿਕਲੇ ਜੀ। ਇਹ ਤਾਂ ਜ਼ੁਲਮ ਹੈ, ਇਹ ਫਿਰ ਬੰਦੇ ਆਂਦੇ ਨੇ ਜੀ ਹਕੂਮਤ ਫਲਾਂ, ਹਕੂਮਤ ਦੇ ਵਿੱਚ ਨਹੀਂ, ਅੱਲਾ ਦਾ ਨਿਜ਼ਾਮ ਹੈ ਜੀ। ਸਹੀ, ਬਿਲਕੁਲ। ਤੇ ਬੰਦੇ ਅੱਲਾ ਨੂੰ ਛੱਡ ਜਾਂਦੇ ਨੇ, ਅੱਲਾ ਤੇ ਨਬੀ ਨੂੰ ਛੱਡ ਗਿਆ ਨੇ, ਨਾ ਕੁਰਾਨ ਪੜ੍ਹਨਾ ਨਾ ਨਮਾਜ਼ਾਂ ਪੜ੍ਹਨੀਆਂ ਜੀ। ਬਹੁਤ ਸ਼ੁਕਰੀਆ ਜਨਾਬ।